ਸ਼੍ਰੀ ਗੁਰੂ ਦੋਸਤੋ ਇੱਕ ਵਾਰੀ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਪੰਜਾਬ ਜੌਬਸ ਅਕੈਡਮੀ ਤੇ ਆਪਣੀ ਚੱਲ ਰਹੀ ਹੈ ਸਾਡਾ ਪੰਜਾਬ ਕਿਤਾਬ ਦੀ ਸੀਰੀਜ਼ ਜਿਹਦੇ ਵਿੱਚ ਆਪਾਂ ਕੁਐਸਚਨਸ ਦੇ ਥਰੂ ਇੱਕ ਇੱਕ ਕਰਕੇ ਸਾਡਾ ਪੰਜਾਬ ਕਿਤਾਬ ਦੇ ਸਾਰੇ ਚੈਪਟਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਵੀ ਚੈਪਟਰ ਦੇ ਵਿੱਚੋਂ ਜਿਹੜੇ ਐਕਸਪੈਕਟਿਡ ਕੁਐਸਚਨਸ ਨੇ ਅੱਗੇ ਵਾਲੇ ਪੇਪਰਾਂ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਉਹ ਸਾਰੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਪੰਜਾਬ ਕਿਤਾਬ ਦੇ ਵਿੱਚ ਜੋ ਡਾਟਾ ਨਹੀਂ ਵੀ ਦਿੱਤਾ ਹੋਇਆ ਜਾਂ ਜੋ ਡਾਟਾ ਪੁਰਾਣਾ ਹੋ ਚੁੱਕਿਆ ਉਹ ਆਪਾਂ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮਤਲਬ ਕਿ ਚੈਪਟਰ ਨੰਬਰ 4 ਹੈ ਅੱਜ ਆਪਾਂ ਇਤਿਹਾਸ ਕਵਰ ਕਰਾਂਗੇ ਇਹਦੇ ਵਿੱਚ ਭਾਰਤ ਦਾ ਮੱਧ ਕਾਲੀ ਨੂੰ ਸੌਰੀ ਪੰਜਾਬ ਦਾ ਮੱਧ ਕਾਲੀਨ ਇਤਿਹਾਸ ਆਪਾਂ ਪਹਿਲਾ ਕੁਐਸਚਨ ਹੈ ਆਪਣਾ ਦਿੱਲੀ ਸਲਤਨਤ ਦਾ ਆਰੰਭ ਕਦੋਂ ਹੋਇਆ ਸੀ 1106 1206 1306 ਜਾਂ 1406 ਤਾਂ ਦਿੱਲੀ ਸਲਤਨਨਤ ਦਾ ਆਰੰਭ ਹੋਇਆ ਸੀ 1206 ਦੇ ਵਿੱਚ 1206 ਦੇ ਵਿੱਚ ਕੁਤਬਦੀਨ ਐਬਕ ਨੇ ਦਿੱਲੀ ਸਲਤਨਤ ਦੀ ਸਥਾਪਨਾ કરી ਸੀ 10 ਵੰਸ਼ ਦੇ ਨਾਲ 10 ਵੰਸ਼ ਦੀ ਸਥਾਪਨਾ ਉਹਨੇ કરી ਤਾਂ ਉਹਦੇ ਨਾਲ ਹੀ ਦਿੱਲੀ ਸਲਤਨਤ ਦੀ ਜਿਹੜੀ ਸਥਾਪਨਾ ਹੋ ਗਈ ਸੀ ਦਿੱਲੀ ਸਲਤਨਤ ਦੇ ਵਿੱਚ ਕੁੱਲ ਪੰਜ ਵੰਸ਼ ਹੋਏ ਨੇ ਇੱਕ ਇੱਕ ਕਰਕੇ ਆਪਾਂ ਸਾਰੇ ਕਵਰ ਕਰਾਂਗੇ। ਕੁਤਬউদ্দিন ਐਬਕ ਨੇ 10 ਪੰਛ ਦੀ। ਅਗਲਾ ਕੁਸ਼ਣ ਹੈ ਗੁਲਾਮ ਵੰਸ਼ ਗੁਲਾਮ ਵੰਸ਼ 10 ਵੰਸ਼ ਜਾਂ ਸਲੇਵ ਡਾਇਨਸਟੀ ਇੱਕੋ ਹੀ ਗੱਲ ਆ ਤਾਂ ਇਹਦਾ ਸੰਸਥਾਪਕ ਸੀ ਕੁਤਬউদ্দিন ਐਬਕ। ਕਦੋਂ ਸਥਾਪਨਾ ਕਰੀ ਸੀ 1206 ਦੇ ਵਿੱਚ। ਕੁਤਬউদ্দিন ਐਬਕ ਨੂੰ ਲਾਕ ਬਖਸ਼ ਕਿਹਾ ਜਾਂਦਾ ਸੀ। ਲਾਕ ਬਖਸ਼ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਇਹ ਲੱਖਾਂ ਦਾ ਦਾਨ ਕਰਦਾ ਸੀ। ਕਤਬਦੀਨ ਐਬਕ ਦੀ ਰਾਜਧਾਨੀ ਕਿੱਥੇ ਸੀ ਤਾਂ 1206 ਤੋਂ ਲੈ ਕੇ ਇਹਨੇ ਆਪਣੀ ਰਾਜਧਾਨੀ ਰੱਖਿਆ ਸੀ ਲਾਹੌਰ ਨੂੰ ਆਪਣੇ ਮਰਨ ਤੱਕ ਮਤਲਬ ਕਿ 1210 ਦੇ ਵਿੱਚ ਇਹਦੀ ਡੈਥ ਹੋ ਗਈ ਸੀ ਉਦੋਂ ਤੱਕ ਇਹਨੇ ਲਾਹੌਰ ਨੂੰ ਹੀ ਸ਼ਾਸਨ ਕੀਤਾ ਸੀ ਕਤਬਦੀਨ ਐਬਕ ਨੇ ਕਤਬਦੀਨ ਐਬਕ ਦੀ ਮੌਤ 1210 ਦੇ ਵਿੱਚ ਕਿੱਥਸ ਖੇਡ ਦੇ ਦੌਰਾਨ ਹੋਈ ਸੀ ਤਾਂ ਪੋਲੋ ਖੇਡਦੇ ਹੋਏ ਕਤਬਦੀਨ ਐਬਕ ਦੀ ਮੌਤ ਹੋ ਗਈ ਸੀ ਪੋਲੋ ਜਿਹਨੂੰ ਆਪਾਂ ਚੋਗਾਨ ਵੀ ਕਹਿੰਦੇ ਆਂ ਦਿੱਲੀ ਸਲਤਨਤ ਦਾ ਅਸਲ ਸੰਸਥਾਪਕ ਕਿਸ ਨੂੰ ਮੰਨਿਆ ਜਾਂਦਾ ਹੈ ਸੰਸਥਾਪਕ ਦਾ ਕੁਤਬਦੀਨ ਐਬਕ ਨੂੰ ਮੰਨਿਆ ਜਾਂਦਾ ਹੈ ਮੰਨਿਆ ਨਹੀਂ ਮਤਲਬ ਕਿ ਸਥਾਪਨਾ ਹੀ ਉਹਨੇ ਕੀਤੀ ਸੀ ਪਰ ਅਸਲ ਸੰਸਥਾਪਕ ਕਿਹਨੂੰ ਮੰਨਿਆ ਜਾਂਦਾ ਹੈ ਇਲਤੁਤਮਿਸ ਨੂੰ ਮੰਨਿਆ ਜਾਂਦਾ ਹੈ ਕਿਉਂਕਿ ਇਹਨੇ ਬਹੁਤ ਜ਼ਿਆਦਾ ਫੈਲਾਇਆ ਸੀ ਦਿੱਲੀ ਸਲਤਨਤ ਨੂੰ ਇਲਤੁਤਮਿਸ ਨੇ ਦਿੱਲੀ ਸਲਤਨਤ ਦੀ ਰਾਜਧਾਨੀ ਕਿੱਥੇ ਸਥਾਪਿਤ ਕੀਤੀ ਸੀ ਤਾਂ ਕুতਬਦੀਨ ਐਬਕ ਨੇ ਤਾਂ ਦਿੱਲੀ ਸਲਤਨਤ ਦੀ ਜਿਹੜੀ ਰਾਜਧਾਨੀ ਸੀ ਉਹਨੂੰ ਲਾਹੌਰੇ ਰੱਖਿਆ ਸੀ ਪਰ ਇਲਤੁਤਮਿਸ ਕুতਬਦੀਨ ਐਬਕ ਤੋਂ ਬਾਅਦ ਦੂਜਾ ਸ਼ਾਸਕ ਬਣਿਆ ਸੀ ਦਿੱਲੀ ਸਲਤਨਤ ਦਾ ਅਤੇ 10 ਦਾ ਡਾਇਨੈਸਟੀ ਦਾ ਵੀ ਤਾਂ ਇਹਨੇ ਰਾਜਧਾਨੀ ਕਿੱਥੇ ਲਿਆਂਦੀ ਸੀ ਦਿੱਲੀ ਲਿਆਂਦੀ ਸੀ ਚੇਂਜ ਕਰਕੇ ਇਲਤੁਤ ਇਲਤੁਤਮਿਸ ਨੂੰ ਕਿਸ ਉਪਨਾਮ ਨਾਲ ਜਾਣਿਆ ਜਾਂਦਾ ਹੈ ਜਿਵੇਂ ਕুতਬਦੀਨ ਐਬਕ ਨੂੰ ਕਹਿੰਦੇ ਨੇ ਲਾਖ ਬਖਸ਼ ਓਵੇਂ ਹੀ ਇਲਤੁਤਮਿਸ ਨੂੰ ਕਿਹਾ ਜਾਂਦਾ ਗੁਲਾਮਾਂ ਦਾ ਗੁਲਾਮ ਕਿਉਂਕਿ ਇਹ ਕুতਬਦੀਨ ਐਬਕ ਦਾ ਗੁਲਾਮ ਸੀ ਅਤੇ ਕুতਬਦੀਨ ਐਬਕ ਅੱਗੋਂ ਮੁਹੰਮਦ ਗੋਰੀ ਦਾ ਗੁਲਾਮ ਸੀ ਦੇਖੋ ਮੁਹੰਮਦ ਗੋਰੀ ਦਾ ਗੁਲਾਮ ਸੀ ਕুতਬਦੀਨ ਐਬਕ ਕুতਬਦੀਨ ਐਬਕ ਦਾ ਗੁਲਾਮ ਸੀ ਇਲਤੁਤਮਿਸ ਇਸ ਲਈ ਇਹਨੂੰ ਕਹਿੰਦਾ ਗੁਲਾਮਾਂ ਦਾ ਗੁਲਾਮ ਇਲਤੁਤਮਿਸ ਦੁਆਰਾ ਕਿਹੜਾ ਸਮੂਹ ਬਣਾਇਆ ਗਿਆ ਸੀ ਤੁਰਕਨ ਇਹ ਚਹਲਗਾਨੀ ਨਾਉਂਦਾ ਇਹਨੇ ਇੱਕ ਗਰੁੱਪ ਬਣਾਇਆ ਸੀ ਉਹਦੇ ਵਿੱਚ 40 ਤੁਰਕ ਸਰਦਾਰ ਰੱਖੇ ਸੀਗੇ ਨੇ ਮਤਲਬ ਕਿ ਉਹ ਸ਼ਾਸਨ ਚਲਾਉਣ ਦੇ ਵਿੱਚ ਇਲਤੁਤਮਿਸ ਦੀ ਹੈਲਪ ਕਰਦੇ ਸੀ ਇਹਨੂੰ ਦਲ 40 ਸਾਈਜ਼ ਜਾਂ 40 ਸਾਬੀ ਕਿਹਾ ਜਾਂਦਾ ਸੀ ਤੁਰਕਨ ਇਹ ਚਹਲਗਾਨੀ ਨੂੰ ਇਲਤੋਤਮਸ ਦੇ ਰਾਜ ਦੌਰਾਨ ਭਾਰਤ ਉੱਤੇ ਕਿਸ ਨੇ ਹਮਲਾ ਕੀਤਾ ਸੀ ਤਾਂ ਇਲਤੋਤਮਸ ਦੇ ਜਿਹੜਾ ਸ਼ਾਸਨ ਸੀ ਉਹਦੇ ਦੌਰਾਨ ਚੰਗੇਜ਼ ਖਾਨ ਨੇ ਹਮਲਾ ਕੀਤਾ ਸੀ ਚੰਗੇਜ਼ ਖਾਨ ਇੱਕ ਮੰਗੋਲ ਸੀ ਭਾਰਤ ਦੀ ਪਹਿਲੀ ਮਹਿਲਾ ਸ਼ਾਸਕਾ ਕੌਣ ਸੀ ਚਾਹੇ ਪਹਿਲੀ ਮਹਿਲਾ ਸ਼ਾਸਕਾ ਦੀ ਗੱਲ ਕਰੀਏ ਜਾਂ ਪਹਿਲੀ ਤੇ ਆਖਰੀ ਮਹਿਲਾ ਸ਼ਾਸਕਾ ਦੀ ਗੱਲ ਕਰੀਏ ਤਾਂ ਉਹ ਸੀ ਰਜਿਆ ਸੁਲਤਾਨਾ ਰਜ਼ੀਆ ਸੁਲਤਾਨਾ ਅਸਲ ਦੇ ਵਿੱਚ ਦਾਸ ਡਾਇਨੈਸਟੀ ਦੀ ਦਾਸ ਵੰਸ਼ ਦੀ ਚੌਥੀ ਇਹ ਸ਼ਾਸਿਕਾ ਸੀ। ਕਤਬਦੀਨ ਐਬਕ ਤੋਂ ਬਾਅਦ ਇਲਤੁਤਮਿਸ ਬਣਿਆ ਉਸ ਤੋਂ ਬਾਅਦ ਇਲਤੁਤਮਿਸ ਦਾ ਮੁੰਡਾ ਰੁਕਨਉਦੀਨ ਬਣਿਆ। ਰੁਕਨਉਦੀਨ ਬਹੁਤ ਜ਼ਿਆਦਾ ਯੋਗਤਾ ਨਹੀਂ ਸੀ ਪਰ ਇਲਤੁਤਮਿਸ ਨੇ ਇਸ ਲਈ ਇਲਤੁਤਮਿਸ ਨੇ ਕਿਹਾ ਸੀ ਕਿ ਰਜ਼ੀਆ ਸੁਲਤਾਨਾ ਨੂੰ ਹੀ ਸ਼ਾਸਕ ਬਣਾਇਆ ਜਾਵੇ। ਪਰ ਜਿਹੜੇ ਤੁਰਕ ਸਰਦਾਰ ਸੀ ਉਹਨਾਂ ਨੇ ਧੋਖੇ ਨਾਲ ਜਿਹੜਾ ਰਜ਼ੀਆ ਸੁਲਤਾਨਾ ਨੂੰ ਨਾ ਬਣਾ ਕੇ ਸ਼ਾਸਕ ਬਣਾਇਆ ਰੁਕਨਉਦੀਨ ਨੂੰ ਅਤੇ ਸ਼ਾਸਨ ਕੌਣ ਚਲਾਉਂਦਾ ਸੀ ਰੁਕਨਉਦੀਨ ਦੇ ਟਾਈਮ ਤੇ ਸ਼ਾਸਨ ਚਲਾਉਂਦੀ ਸੀ ਉਹਦੀ ਮਾਂ ਤਰਕਨ ਸ਼ਾ ਉਹ ਬਹੁਤ ਜ਼ਿਆਦਾ ਜ਼ਾਲਮ ਔਰਤ ਸੀ ਇਸ ਲਈ ਰਜ਼ੀਆ ਸੁਲਤਾਨਾ ਨੇ ਜਿਹੜੀ ਪਬਲਿਕ ਸੀ ਜਿਹੜੀ ਜਨਤਾ ਸੀ ਉਹਦੀ ਸਹਾਇਤਾ ਨਾਲ ਤਖਤਾ ਪਲਟ ਕਰਕੇ ਦਿੱਲੀ ਸਲਤਨਤ ਦੇ ਉੱਤੇ ਆਪਣਾ ਕਬਜ਼ਾ ਕੀਤਾ ਸੀ ਰਜ਼ੀਆ ਸੁਲਤਾਨਾ ਮਤਲਬ ਰਜ਼ੀਆ ਸੁਲਤਾਨਾ ਚੌਥੇ ਨੰਬਰ ਦੀ ਸ਼ਾਸਕ ਸੀ 1235 36 ਦੇ ਵਿੱਚ ਬਣੀ ਸੀ ਇਹ ਅਤੇ 40 ਤੱਕ ਇਹਨੇ ਸ਼ਾਸਨ ਕੀਤਾ ਸੀ ਰਜ਼ੀਆ ਸੁਲਤਾਨਾ ਕਿਸ ਦੀ ਧੀ ਸੀ ਰਜ਼ੀਆ ਸੁਲਤਾਨਾ ਇਲਤੁਤਮਿਸ਼ ਦੀ ਹੀ ਧੀ ਸੀ ਦੇਖੋ ਇਹਨਾਂ ਸ਼ਾਸ਼ਨ ਵੀ ਆਪਣੇ ਆਪਣੇ ਮਤਲਬ ਭਰਾ ਤੋਂ ਖੋਹਿਆ ਅਤੇ ਅੱਗੇ ਇਹਦਾ ਕਤਲ ਕੀ ਨਹੀਂ ਗਈ ਤਾਂ ਉਹ ਵੀ ਇਹਦੇ ਭਰਾ ਨੇ ਕੀਤਾ ਸੀ ਬਹਿਰਾਮ ਸ਼ਾਹ ਨੇ 1240 ਦੇ ਵਿੱਚ ਬਲਬਨ ਦੁਆਰਾ ਭਾਰਤ ਵਿੱਚ ਕਿਹੜਾ ਫਾਰਸੀ ਤਿਉਹਾਰ ਸ਼ੁਰੂ ਕੀਤਾ ਗਿਆ ਸੀ ਬਲਬਨ ਦੁਆਰਾ ਭਾਰਤ ਦੇ ਵਿੱਚ ਨਰੋਜ਼ ਸ਼ੁਰੂ ਕੀਤਾ ਗਿਆ ਸੀ ਇਹ ਪਰਸ਼ੀਆਂ ਦਾ ਇਹ ਨਵਾਂ ਸਾਲ ਮਨਾਉਂਦੇ ਨੇ ਪਰਸ਼ੀਆਂ ਜਿਹੜੇ ਹੁੰਦੇ ਨੇ ਫਾਰਸੀ ਕਹਿੰਦੇ ਜਿਨ੍ਹਾਂ ਨੂੰ ਇਸ ਦਿਨ ਤੇ ਤਾਂ ਇਹ ਜਿਹੜਾ ਬਲਬਨ ਨੇ ਸ਼ੁਰੂ ਕਰਿਆ ਸੀ ਇਹ ਅੱਜ ਵੀ ਮਨਾਇਆ ਜਾਂਦਾ ਭਾਰਤ ਦੇ ਬਾਹਰ ਤਾਂ ਮਨਾਇਆ ਜਾਂਦਾ ਪਰ ਭਾਰਤ ਦੇ ਵਿੱਚ ਵੀ ਅੱਜ ਵੀ ਮਨਾਇਆ ਜਾਂਦਾ ਹੈ ਰਾਜਕਾਲ ਦੇ ਅਨੁਸਾਰ ਵਾਧੇ ਹੋਏ ਕਰਮ ਦੇ ਵਿੱਚ ਲਿਖਣਾ ਹੈ ਆਪਾਂ ਕਿਹੜਾ ਪਹਿਲਾਂ ਆਇਆ ਕਿਹੜਾ ਉਸ ਤੋਂ ਮਤਲਬ ਕਿਹੜਾ ਬਾਅਦ ਚ ਆਇਆ ਦੇਖੋ ਇਹ ਪੰਜ ਡਾਇਨੈਸਟੀਆਂ ਨੇ ਜਿਹੜੀਆਂ ਦਿੱਤੀਆਂ ਹੋਈਆਂ ਨੇ ਇਹਨਾਂ ਪੰਜ ਡਾਇਨੈਸਟੀ ਨੂੰ ਦਿੱਲੀ ਸਲਤਨਤ ਦੇ ਵਿੱਚ ਕਾਊਂਟ ਕੀਤਾ ਜਾਂਦਾ 10 ਵੰਸ਼ ਤੁਗਲਕ ਵੰਸ਼ ਖਿਲਜੀ ਵੰਸ਼ ਲੋਧੀ ਵੰਸ਼ ਆ ਸੈयद ਵੰਸ਼ ਇਹਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀ 10 ਵੰਸ਼ ਠੀਕ ਆ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਇਆ ਸੀ ਖਿਲਜੀ ਵੰਸ਼ 1295 ਦੇ ਵਿੱਚ ਤੇ ਉਸ ਤੋਂ ਬਾਅਦ ਆਇਆ ਸੀ ਤੁਗਲਕ ਵੰਸ਼ 1320 ਦੇ ਵਿੱਚ ਫਿਰ ਉਸ ਤੋਂ ਬਾਅਦ ਸੈयद ਵੰਸ਼ ਅਤੇ ਫਿਰ ਲੋਧੀ ਵੰਸ਼ ਤਾਂ ਪਹਿਲਾ ਤੀਜਾ ਦੂਜਾ ਪੰਜਵਾਂ ਤੇ ਚੌਥਾ ਤਾਂ ਬੀ ਆਨਸਰ ਇਹਦਾ ਸਹੀ ਹੋਣਾ ਚਾਹੀਦਾ ਠੀਕ ਹੈ ਜੀ ਦੇਖੋ 1206 ਦੇ ਵਿੱਚ ਸ਼ੁਰੂਆਤ ਹੋ ਗਈ ਸੀ 10 ਪੰਛ ਦੀ 1295 ਤੱਕ ਇਹ ਚੱਲਦਾ ਰਿਹਾ 1295 ਦੇ ਵਿੱਚ ਜਲਾਲউদ্দিন ਖਿਲਜੀ ਨੇ ਖਿਲਜੀ ਵੰਸ਼ ਦੀ ਸਥਾਪਨਾ ਕੀਤੀ 10 ਪੰਛ ਨੂੰ ਖਤਮ ਕਰਕੇ ਉਸ ਤੋਂ ਬਾਅਦ ਤੁਗਲਕ ਵੰਸ਼ ਦੀ ਸਥਾਪਨਾ કરી 1320 ਦੇ ਵਿੱਚ ਗਿਆਸੂਦੀਨ ਤੁਗਲਕ ਨੇ ਗਿਆਸੂਦੀਨ ਤੁਗਲਕ ਤੇ ਗਿਆਸੂਦੀਨ ਬਲਬਨ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਗਿਆਸੂਦੀਨ ਬਲਬਨ 10 ਵੰਸ਼ ਦਾ ਸੀ ਤੇ ਗਿਆਸੂਦੀਨ ਤੁਗਲਕ ਤੁਗਲਕ ਵੰਸ਼ ਦਾ ਸੀ ਠੀਕ ਹੈ ਜੀ ਤੁਗਲਕ ਵੰਸ਼ ਦੀ ਸਥਾਪਨਾ ਵੀ ਕਿਹਨੇ કરી ਸੀ ਗਿਆਸੂਦੀਨ ਤੁਗਲਕ ਨੇ ਕੀਤੀ ਸੀ ਮੁਹੰਮਦ ਮੁਹੰਮਦ ਬਿਨ ਤੁਗਲਕ ਨੇ ਨਹੀਂ ਕੀਤੀ ਉਸ ਤੋਂ ਬਾਅਦ ਸੈयद ਵੰਸ਼ ਦੀ ਸਥਾਪਨਾ 1414 ਦੇ ਵਿੱਚ ਕਰਤੀ ਸੀ ਖਿਜਰ ਖਾਨ ਨੇ ਅਤੇ ਲੋਧੀ ਵੰਸ਼ ਦੀ 1451 ਦੇ ਵਿੱਚ ਸਥਾਪਨਾ ਕਰੀ ਸੀ ਬਹਿਲੋਲ ਲੋਧੀ ਨੇ ਠੀਕ ਹੈ ਤੇ ਆ ਸਾਰਾ ਸੀਕੁਐਂਸ ਕਿਹੜਾ ਮਤਲਬ ਕੀ ਕਿਹੜੀ ਡਾਇਨੈਸਟੀ ਪਹਿਲਾਂ ਆਈ ਕਿਹੜੀ ਉਸ ਤੋਂ ਬਾਅਦ ਆਈ ਇਹ ਹੋ ਸਕੇ ਦਾ ਯਾਦ ਰੱਖਣ ਦੀ ਕੋਸ਼ਿਸ਼ ਕਰਿਓ ਕਿਹੜਾ ਵੰਸ਼ ਅਤੇ ਸੰਸਥਾਪਕ ਦਾ ਸਹੀ ਮੇਲ ਨਹੀਂ ਖਾਂਦਾ ਜੇ ਪਿਛਲੇ ਕੁਸ਼ਨ ਤੇ ਅਨਲ ਸੁਣਿਆ ਤਾਂ ਇਹਨੂੰ ਵੀ ਸੋਲਵ ਕਰ ਲਵਾਂਗੇ 10 ਵੰਸ਼ ਕੁਤਬਦੀਨ ਐਬਕ ਸੰਸਥਾਪਕ ਸੀ ਇਹਦੇ ਖਿਲਜੀ ਵੰਸ਼ ਦੇ ਸੰਸਥਾਪਕ ਜਲਾਲਉਦੀਨ ਖਿਲਜੀ ਸੀ ਤੁਗਲਕ ਵੰਸ਼ ਦੇ ਸੰਸਥਾਪਕ ਮੁਹੰਮਦ ਬਿੰਦ ਤੁਗਲਕ ਸੀ ਸੈਦ ਵੰਸ਼ ਦੇ ਖিজਰ ਖਾਨ ਲੋਧੀ ਵੰਸ਼ ਦੇ ਬਹਿਲੋਲ ਲੋਧੀ ਤਾਂ ਇਹਦਾ ਜਿਹੜਾ ਸਹੀ ਆਨਸਰ ਹੈ ਇਹ ਤੁਗਲਕ ਵੰਸ਼ ਤੁਗਲਕ ਵੰਸ਼ ਦਾ ਜਿਹੜਾ ਸੰਸਥਾਪਕ ਸੀ ਉਹ ਸੀ ਗਿਆਸੂਦੀਨ ਤੁਗਲਕ ਮੁਹੰਮਦ ਬਿੰਦ ਤੁਗਲਕ ਨਹੀਂ ਸੀ ਦਸ਼ਮਲਵ ਪ੍ਰਣਾਲੀ ਸੋਰੀ ਦਸ਼ਮਲਵ ਪ੍ਰਣਾਲੀ ਦੇ ਆਧਾਰ ਤੇ ਫੌਜ ਕਿਸ ਦੁਆਰਾ ਬਣਾਈ ਗਈ ਸੀ ਡੈਸੀਮਲ ਸਿਸਟਮ ਡੈਸੀਮਲ ਸਿਸਟਮ ਮਤਲਬ ਐਵੇਂ ਸੀ 10 ਉਹਨੇ ਆਪਣੇ ਆਪਣੇ ਅੰਡਰ 10 ਸਰਦਾਰ ਰੱਖੇ ਫਿਰ ਉਹਨਾਂ ਸਾਰਿਆਂ ਦੇ ਅੰਦਰ 10-10 ਕਰਦੇ ਉਦੋਂ ਵੀ ਉਹਨਾਂ ਦੇ ਨੀਚੇ 10-10 ਮਤਲਬ ਕੱਲੇ-ਕੱਲੇ ਦੇ ਅੰਡਰ ਦੇਤੇ ਉਹਨੂੰ ਡੈਸੀਮਲ ਸਿਸਟਮ ਕਿਹਾ ਗਿਆ ਸੀ ਇਹ ਚਲਾਈ ਸੀ ਚੰਗੇਜ਼ ਖਾਨ ਨੇ ਚਲਾਈ ਸੀ ਅਸਲ ਦੇ ਵਿੱਚ ਇਹ ਮੰਗੋਲਾਂ ਦੁਆਰਾ ਚਲਾਈ ਗਈ ਸੀ ਇਹ ਪਰ ਭਾਰਤ ਦੇ ਵਿੱਚ ਆਪਣੀ ਫੌਜ ਦੇ ਵਿੱਚ ਇਹਨੂੰ ਅਪਣਾਇਆ ਸੀ ਮੁਹੰਮਦ ਬਿੰਤੋਗਲਗ ਨੇ ਠੀਕ ਹੈ ਮੁਹੰਮਦ ਬਿੰਤੋਗਲਗ ਨੇ ਤੇ ਅਲਾਹੁ ਜਿਹੜਾ ਅਲਾਉਦੀ ਇਨੇ ਆਪਣੇ ਰਾਜ ਦੇ ਵਿੱਚ ਦਾਗ ਤੇ ਚਿਹਰਾ ਸਿਸਟਮ ਅਪਣਾਇਆ ਸੀ ਦਾਗ ਦਿੱਤਾ ਜਾਂਦਾ ਸੀ ਘੋੜਿਆਂ ਨੂੰ ਅਤੇ ਜਿਹੜੇ ਸੈਨਿਕ ਹੁੰਦੇ ਸੀ ਸੈਨਿਕਾਂ ਦੀ ਫੋਟੋ ਖਿੱਚ ਕੇ ਰੱਖੀ ਜਾਂਦੀ ਸੀ ਉਹਨਾਂ ਦੇ ਰਿਕਾਰਡ ਦੇ ਲਈ ਠੀਕ ਹੈ ਅਲਾਉਦੀਨ ਖਿਲਜੀ ਨੇ ਸ਼ੁਰੂ ਕਰਿਆ ਸੀ ਦਾਗ ਤੇ ਚਿਹਰਾ ਸਿਸਟਮ ਮੁਹੰਮਦ ਬਿਨ ਤੁਗਲਕ ਨੇ ਕਰਿਆ ਸੀ ਡੈਸੀਮਲ ਸਿਸਟਮ ਫੌਜ ਦੇ ਵਿੱਚ ਸਿੱਖ ਧਰਮ ਦੇ ਸੰਸਥਾਪਕ ਇਹਨਾਂ ਨੂੰ ਮੰਨਿਆ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੱਸਣ ਦੀ ਲੋੜ ਨਹੀਂ ਹੋਣੀ ਚਾਹੀਦੀ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਪ੍ਰਥਾ ਸ਼ੁਰੂ ਕੀਤੀ ਸੀ ਲੰਗਰ ਪ੍ਰਥਾ ਦਸਵੰਦ ਪ੍ਰਥਾ ਮੰਜੀ ਪ੍ਰਥਾ ਤੇ ਮਸੰਦ ਪ੍ਰਥਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਨਾਰਮਲ ਹੀ ਪਤਾ ਹੋਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਸੱਚਾ ਸੌਦਾ ਦੀ ਜਿਹੜੀ ਘਟਨਾ ਹੋਈ ਸੀ ਉੱਥੋਂ ਤੋਂ ਹੀ ਲੰਗਰ ਪ੍ਰਥਾ ਹੋਈ ਸ਼ੁਰੂ ਮੰਨੀ ਜਾਂਦੀ ਹੈ 20 ਰੁਪਏ ਵਾਲੀ ਘਟਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜੀ ਦਸਵੰਦ ਪ੍ਰਥਾ ਸੀ ਇਹ ਸ਼ੁਰੂ ਕਰੀ ਸੀ ਗੁਰੂ ਅਰਜਨ ਦੇਵ ਜੀ ਨੇ ਮੰਜੀ ਪ੍ਰਥਾ ਸ਼ੁਰੂ ਕਰੀ ਸੀ ਗੁਰੂ ਅਮਰਦਾਸ ਜੀ ਨੇ ਅਤੇ ਮਸੰਦ ਪ੍ਰਥਾ ਸ਼ੁਰੂ ਕਰੀ ਸੀ ਗੁਰੂ ਰਾਮਦਾਸ ਜੀ ਨੇ ਮੰਜੀਆਂ ਕਿੰਨੀਆਂ ਸਾਬਿਤ ਕੀਤੀਆਂ ਗਈਆਂ ਸੀ 22 ਮੰਜੀਆਂ ਗੁਰੂ ਨਾਨਕ ਦੇਵ ਜੀ ਨੇ ਅਰਬੀ ਤੇ ਫਾਰਸੀ ਦੀ ਸਿੱਖਿਆ ਕਿਸ ਕੋਲੋਂ ਲਈ ਸੀ ਅਰਬੀ ਤੇ ਫਾਰਸੀ ਗੁਰੂ ਨਾਨਕ ਦੇਵ ਜੀ ਨੇ ਅਰਬੀ ਤੇ ਫਾਰਸੀ ਸਿੱਖੀ ਸੀ ਮੌਲਵੀ ਕੁਤਬਦੀਨ ਕੋਲੋਂ ਠੀਕ ਹੈ ਜੀ ਮੌਲਵੀ ਕੁਤਬਦੀਨ ਕੋਲੋਂ ਤੇ ਪੰਡਿਤ ਗੋਪਾਲ ਪੰਡਿਤ ਬ੍ਰਿਜ ਇਹਨਾਂ ਕੋਲੋਂ ਵੀ ਕੁਝ ਨਾ ਕੁਝ ਸਿੱਖਿਆ ਸੀ ਪੰਡਿਤ ਗੋਪਾਲ ਕੋਲੋਂ ਸਿੱਖਿਆ ਸੀ ਉਹਨਾਂ ਨੇ ਮੈਥ ਅਤੇ ਹਿੰਦੀ ਅਤੇ ਪੰਡਿਤ ਬ੍ਰਿਜਨਾਥ ਕੋਲੋਂ ਸਿੱਖੀ ਸੀ ਸੰਸਕ੍ਰਿਤ ਗੁਰੂ ਨਾਨਕ ਦੇਵ ਜੀ ਨੇ ਅਰਬੀ ਤੇ ਫਾਰਸੀ ਮੌਲਵੀ ਕੁਤਬਦੀਨ ਕੋਲੋਂ ਪੰਡਿਤ ਗੋਪਾਲ ਕੋਲੋਂ ਗਣਿਤ ਅਤੇ ਹਿੰਦੀ ਅਤੇ ਬ੍ਰਿਜਨਾਥ ਕੋਲੋਂ ਸੰਸਕ੍ਰਿਤ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤੀ ਕਿੱਥੇ ਹੋਈ ਸੀ ਕਰਤਾਰਪੁਰ ਸultanpur ਹਰਦੁਆਰ ਜਾਂ ਕੀਰਤਪੁਰ ਦੇਖੋ ਜਿਹੜਾ ਕੀਰਤਪੁਰ ਸ਼ਹਿਰ ਆ ਇਹ ਆ ਚਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿਨੇ ਬਸਾਇਆ ਸੀ ਕਿਉਂਕਿ ਕੱਲ ਆਪਾਂ ਇਹਨੂੰ ਕਵਰ ਕਰਾਂਗੇ ਕਰਤਾਰਪੁਰ ਨਾਮਕ ਜਿਹੜਾ ਸ਼ਹਿਰ ਸੀ ਗੁਰੂ ਨਾਨਕ ਦੇਵ ਜੀ ਨੇ ਬਸਾਇਆ ਸੀ ਇਹ ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਪੈਂਦਾ ਇੱਕ ਸ਼ਹਿਰ ਭਾਰਤ ਦੇ ਵਿੱਚ ਵੀ ਪੈਂਦਾ ਹੈ ਜਿਹੜਾ ਕਰਤਾਰਪੁਰ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਸੁਲਤਾਨਪੁਰ ਸੁਲਤਾਨਪੁਰ ਦੇ ਵਿੱਚ ਜਦੋਂ ਬੀਬੀ ਨਾਨਕੀ ਕੋਲੇ ਰਹਿਣ ਲਈ ਗਏ ਹੋਏ ਸੀ ਗੁਰੂ ਨਾਨਕ ਦੇਵ ਜੀ ਤਾਂ ਉੱਥੇ ਇੱਕ ਦਿਨ ਕਾਲੀ ਬੇਈ ਦੇ ਵਿੱਚ ਨਦੀ ਦੇ ਵਿੱਚ ਨਹਾਉਂਦੇ ਹੋਏ ਇਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ ਤਾਂ ਇਹਦਾ ਸਹੀ ਆਪਸ਼ਨ ਹੈ ਸੁਲਤਾਨਪੁਰ ਸੁਲਤਾਨਪੁਰ ਦੇ ਵਿੱਚ 1499 ਦੇ ਵਿੱਚ ਕਾਲੀ ਬੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਸੀ। ਲੋਧੀ ਵੰਸ਼ ਦਾ ਅੰਤ ਕਿਸ ਨੇ ਕੀਤਾ ਸੀ? ਲੋਧੀ ਵੰਸ਼। ਦੇਖੋ ਕੁਐਸਚਨ ਐਵੇਂ ਘੁਮਾ ਕੇ ਪਾਉਂਦੇ ਜਾਂਦੇ ਨੇ। ਇਹ ਦੇ ਵਿੱਚ ਜ਼ਿਆਦਾ ਕਨਫਿਊਜ਼ ਹੋਣ ਦੀ ਕੋਈ ਲੋੜ ਨਹੀਂ। ਲੋਧੀ ਵੰਸ਼ ਦਾ ਅੰਤ ਮਤਲਬ ਕੀ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਹੋਈ ਸੀ 1526 ਦੇ ਵਿੱਚ ਤਾਂ ਬਾਬਰ ਨੇ ਇਬਰਾਹਿਮ ਲੋਧੀ ਨੂੰ ਮਾਰ ਕੇ ਉਹਦੇ ਵਿੱਚ ਉੱਥੋਂ ਜਿਹੜਾ ਲੋਧੀ ਵੰਸ਼ ਦਾ ਅੰਤ ਕਰਦਾ ਸੀ ਅਤੇ ਉੱਥੋਂ ਉਹਨੇ ਆਪਣਾ ਜਿਹੜਾ ਸ਼ਾਸਨ ਉਹ ਸ਼ੁਰੂ ਕਰਿਆ ਸੀ। ਤਾਂ ਪਾਣੀਪੱਤ ਦੀ ਪਹਿਲੀ ਲੜਾਈ ਦੇ ਨਾਲ ਬਾਬਰ ਨੇ ਲੋਧੀ ਵੰਸ਼ ਨੂੰ ਖਤਮ ਕਰਤਾ ਸੀ 1526 ਦੇ ਵਿੱਚ ਪਹਿਲੀ ਲੜਾਈ ਹੋਈ ਸੀ ਦੂਜੀ 1556 ਦੇ ਵਿੱਚ ਹੋਈ ਸੀ ਤੀਜੀ ਤੁਹਾਨੂੰ ਕੱਲ ਵੀ ਦੱਸਿਆ ਸੀ ਉਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਦੋ ਕੁਐਸਚਨ ਹੋਗੇ ਕੀਰਤਪੁਰ ਸ਼ਹਿਰ ਕਿਸ ਨੇ ਬਸਾਇਆ ਸੀ ਅਤੇ ਜਿਹੜੀ ਪਾਣੀਪੱਤ ਦੀ ਤੀਸਰੀ ਲੜਾਈ ਸੀ ਉਹ ਕਦੋਂ ਲੜੀ ਗਈ ਸੀ ਅਕਬਰ ਕਿਸ ਦਾ ਪੁੱਤਰ ਸੀ ਬਾਬਰ ਹਮਾਇਉ ਜਹਾਂਗੀਰ ਜਾਂ ਸ਼ਾਹਜਹਾਂ ਅਕਬਰ ਪੁੱਤਰ ਸੀ ਹਮਾਇਉ ਦਾ ਦੇਖੋ ਇਹਨਾਂ ਦਾ ਸੀਕੁਐਂਸ ਐਵੇਂ ਸੀ ਬਾਬਰ ਦਾ ਪੁੱਤਰ ਸੀ ਅੱਗੇ ਬਾਬਰ ਦਾ ਦਾ ਪੁੱਤਰ ਸੀ ਹਮਾਇਉ ਹਮਾਇਉ ਦਾ ਪੁੱਤਰ ਸੀ ਅਕਬਰ ਅਕਬਰ ਦਾ ਜਹਾਂਗੀਰ ਤੇ ਜਹਾਂਗੀਰ ਦਾ ਪੁੱਤਰ ਸੀ ਸ਼ਾਹਜਹਾਂ ਕੌਣ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਨਹੀਂ ਸੀ ਉਹ ਪੁੱਤਰ ਸੀ ਕੁਐਸਚਨ ਕਾਪੀ ਹੋ ਗਿਆ ਪਿੱਛੋਂ ਸ਼ਾਇਦ ਕੌਣ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਨਹੀਂ ਸੀ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਅਕਬਰ ਸੀ ਅਕਬਰ ਨੇ ਅਕਬਰ ਦਾ ਜਿਹੜਾ ਰਾਜਕਾਲ ਸ਼ੁਰੂ ਹੋਇਆ ਸੀ 1556 ਦੇ ਵਿੱਚ ਤਾਂ ਅਕਬਰ ਗੁਰੂ ਨਾਨਕ ਦੇਵ ਜੀ ਦਾ ਸਮਕਾਲੀ ਨਹੀਂ ਸੀ ਬਾਬਰ ਵੀ ਸੀ ਇਬਰਾਹਿਮ ਲੋਧੀ ਹਮਾਇਉ ਇਹ ਤਿੰਨੋਂ ਰਹੇ ਨੇ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਰਹੇ ਨੇ ਇਹਦੇ ਤੋਂ ਬਿਨਾ ਤਾਤਾਰ ਖਾਂ ਦੌਲਤ ਖਾਂ ਸਿਕੰਦਰ ਲੋਧੀ ਇਹ ਪੰਜਾਬ ਦੇ ਗਵਰਨਰ ਰਹੇ ਨੇ ਇਹ ਵੀ ਗੁਰੂ ਨਾਨਕ ਦੇਵ ਜੀ ਦੇ ਸਮਕਾਲੀਨ ਰਹੇ ਨੇ ਅਤੇ ਸ਼ੇਰ ਸ਼ਾਹ ਸੂਰੀ ਉਹ ਵੀ ਗੁਰੂ ਨਾਨਕ ਦੇਵ ਜੀ ਦਾ ਕੁਝ ਟਾਈਮ ਵਾਸਤੇ ਸਮਕਾਲੀਨ ਰਹਾ ਸਮਕਾਲੀ ਮਤਲਬ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਉਹ ਹੋਗਾ ਸੀ ਕਰਤਾਰਪੁਰ ਕੋਰੀਡੋਰ ਕਿਸ ਨਦੀ ਨੂੰ ਪਾਰ ਕਰਕੇ ਬਣਾਇਆ ਗਿਆ ਹੈ ਕਰਤਾਰਪੁਰ ਕੋਰੀਡੋਰ ਤਜਲੀ ਰਾਵੀ ਨਦੀ ਹੈ ਰਾਵੀ ਨਦੀ ਦੇ ਉੱਪਰ ਨੂੰ ਬਣਾਇਆ ਗਿਆ ਹੈ ਕਰਤਾਰਪੁਰ ਕੋਰੀਡੋਰ ਠੀਕ ਹੈ ਜੀ 9 ਨਵੰਬਰ 2019 ਦੇ ਵਿੱਚ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਉਦਘਾਟਨ ਕੀਤਾ ਗਿਆ ਸੀ ਡੇਰਾ ਬਾਬਾ ਨਾਨਕ ਤੋਂ ਲੈ ਕੇ ਕਰਤਾਰਪੁਰ ਮਤਲਬ ਪਾਕਿਸਤਾਨ ਦੇ ਵਿੱਚ ਜਿਹੜਾ ਪੈਂਦਾ ਹੈ ਉੱਥੇ ਨੂੰ ਕਨੈਕਟ ਕੀਤਾ ਗਿਆ ਹੈ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੇ 1522 ਦੇ ਵਿੱਚ ਬਸਾਇਆ ਸੀ ਅਤੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਗੁਰੂ ਨਾਨਕ ਦੇਵ ਜੀ ਨੇ ਉੱਥੇ ਬਤੀਤ ਕੀਤੇ ਸੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨੀ ਉਮਰ ਦੇ ਵਿੱਚ ਕੀਤਾ ਗਿਆ ਸੀ 14 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਕੀਤਾ ਗਿਆ ਸੀ ਬੀਬੀ ਸੁਲਖਣੀ ਜੀ ਨਾਲ ਉਸ ਤੋਂ ਬਾਅਦ ਇਹਨਾਂ ਦੇ ਘਰ ਦੋ ਬੱਚੇ ਨੇ ਜਨਮ ਲਿਆ ਸੀ ਬਾਬਾ ਸ਼੍ਰੀ ਚੰਤੇ ਬਾਬਾ ਲਖਮੀ ਦਾਸ ਬੀਬੀ ਸੁਲਖਣੀ ਜੀ ਨਾਲ ਵਿਆਹ ਕੀਤਾ ਗਿਆ ਸੀ ਗੁਰੂ ਨਾਨਕ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਕਦੋਂ ਜੋਤੀ ਜੋਤ ਸਮਾ ਗਏ ਸੀ ਤਾਂ 1539 ਦੇ ਵਿੱਚ ਕਰਤਾਰਪੁਰ ਦੇ ਵਿੱਚ ਹੀ ਕਿਉਂਕਿ ਆਪਣੇ ਆਖਰੀ 18 ਸਾਲ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਬਿਤਾਏ ਸੀ ਤਾਂ ਕਰਤਾਰਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸੀ 1539 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 1469 ਦੇ ਵਿੱਚ ਰਾਇ ਭੋਇ ਦੀ ਤਲਵੰਡੀ ਦੇ ਵਿੱਚ ਜਿਲ੍ਹਾ ਛੇਕੂਪੁਰ ਦੇ ਵਿੱਚ ਪੈਂਦਾ ਹੈ ਮਾਤਾ ਪਿਤਾ ਦਾ ਨਾਮ ਕਾਮਨਲੀ ਪਤਾ ਹੋਣਾ ਚਾਹੀਦਾ ਤੁਹਾਨੂੰ ਤਕਰੀਬਨ ਮੈਕਸਿਮਮ ਬਚਪਨ ਤੋਂ ਹੀ ਪੜਦੇ ਆ ਰਹੇ ਹਾਂ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਪਹਿਲਾਂ ਕੀ ਸੀ ਭਾਈ ਲੈਣਾ ਜੀ ਭਾਈ ਮਰਦਾਨਾ ਜੀ ਭਾਈ ਬੱਲਾ ਜੀ ਆ ਭਾਈ ਜੇਠਾ ਜੀ ਤਾਂ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀ ਭਾਈ ਲੈਣਾ ਜੀ ਠੀਕ ਹੈ ਜੀ ਅਤੇ ਜੇ ਭਾਈ ਜੇਠਾ ਜੀ ਦੀ ਗੱਲ ਕਰੀਏ ਤਾਂ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਗੁਰੂ ਅੰਗਦ ਦੇਵ ਜੀ 1539 ਤੋਂ ਕਦੋਂ ਤੱਕ ਗੁਰਗੱਦੀ 'ਤੇ ਰਹੇ 1539 ਤੋਂ ਗੁਰੂ ਅੰਗਦ ਦੇਵ ਜੀ ਕਿਉਂਕਿ ਗੁਰੂ ਨਾਨਕ ਦੇਵ ਜੀ 1539 ਜੁਤੀ ਜੋਤ ਸਮਾ ਗਏ ਸੀ ਤਾਂ ਗੁਰੂ ਅੰਗਦ ਦੇਵ ਜੀ ਦੂਸਰੇ ਗੁਰੂ ਬਣੇ ਸੀ 1539 ਤੋਂ ਲੈ ਕੇ 1552 ਤੱਕ ਗੁਰਗੱਦੀ 'ਤੇ ਰਹੇ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਬੱਚੇ ਸਨ ਗੁਰੂ ਅੰਗਦ ਦੇਵ ਜੀ ਦੇ ਤਿੰਨ ਬੱਚੇ ਸਨ ਦੋ ਪੁੱਤਰ ਇੱਕ ਪੁੱਤਰੀ ਠੀਕ ਹੈ ਜੀ ਪਤਨੀ ਸੀ ਬੀਬੀ ਖੀਵੀ ਜੀ ਪੁੱਤਰ ਸੀ ਦੋ ਦਾਸੂ ਤੇ ਦਾਤੂ ਅਤੇ ਇੱਕ ਪੁੱਤਰੀ ਸੀ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ 1504 ਈਸਵੀ ਦੇ ਵਿੱਚ ਠੀਕ ਹੈ ਜੀ ਹਾਂ ਮੱਤੇ ਦੀ ਸਰਾਈ ਦੇ ਵਿੱਚ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਸੀ ਭਾਈ ਫਿਰੂਮਲ ਤੇ ਮਾਤਾ ਦਾ ਨਾਮ ਸੀ ਬੀਬੀ ਦਇਆਕੌਰ ਦਇਆਕੌਰ ਤੇ ਫਿਰੂਮਲ ਮੱਤੇ ਦੀ ਸਰਾਈ ਦੇ ਵਿੱਚ ਹੋਇਆ ਸੀ 1504 ਦੇ ਵਿੱਚ 1552 ਚ ਜੋਤੀ ਜੋਤ ਸਮਾ ਗਏ ਸੀ ਖਡੂਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਜਿਹੜਾ ਸ਼ਹਿਰ ਆ ਉਹ ਗੁਰੂ ਅੰਗਦ ਦੇਵ ਜੀ ਨੇ ਹੀ ਬਸਾਇਆ ਸੀ ਮਲ ਅਖਾੜੇ ਦੀ ਸ਼ੁਰੂਆਤ ਕਿਸ ਗੁਰੂ ਸਾਹਿਬਾਨ ਦੁਆਰਾ ਕੀਤੀ ਗਈ ਸੀ ਮਲ ਅਖਾੜੇ ਦੀ ਸ਼ੁਰੂਆਤ ਤਾਂ ਕਿ ਸਿੱਖਾਂ ਨੂੰ ਧਾਰਮਿਕ ਵਿਚਾਰਾਂ ਦੇ ਨਾਲ-ਨਾਲ ਸਿੱਖਾਂ ਨੂੰ ਜਿਹੜਾ ਫਿਜ਼ੀਕਲੀ ਤੌਰ ਤੇ ਵੀ ਸਟਰੋਂਗ ਬਣਾਇਆ ਜਾ ਸਕੇ ਤਾਂ ਇਸ ਲਈ ਗੁਰੂ ਅੰਗਦ ਦੇਵ ਜੀ ਨੇ ਸ਼ੁਰੂਆਤ કરી ਸੀ ਮੱਲਾ ਅਖਾੜੇ ਦੀ ਗੁਰਮੁਖੀ ਲਿਪੀ ਦੇ ਸੰਸਥਾਪਕ ਵੀ ਕਿਸ ਨੂੰ ਗੁਰੂ ਅੰਗਦ ਦੇਵ ਜੀ ਨੂੰ ਹੀ ਮੰਨਿਆ ਜਾਂਦਾ ਹੈ ਮੱਲਾ ਅਖਾੜੇ ਦੀ ਸਥਾਪਨਾ ਮਤਲਬ ਮੱਲਾ ਅਖਾੜੇ ਦੀ ਸ਼ੁਰੂਆਤ ਅਤੇ ਗੁਰਮੁਖੀ ਲਿਪੀ ਦੇ ਸੰਸਥਾਪਕ ਅਤੇ ਤੀਸਰਾ ਖਡੂਰ ਸਾਹਿਬ ਸ਼ਹਿਰ ਦੀ ਜਿਹੜੀ ਸਥਾਪਨਾ ਉਹ ਵੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਕਿਹੜਾ ਸ਼ਹਿਰ ਬਸਾਇਆ ਗਿਆ ਸੀ ਤਾਂ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੁਆਰਾ ਬਸਾਇਆ ਗਿਆ ਸੀ ਜੇ ਕਰਤਾਰਪੁਰ ਦੀ ਗੱਲ ਕਰੀਏ ਤਾਂ ਕਰਤਾਰਪੁਰ ਜਿਹੜਾ ਪਾਕਿਸਤਾਨ ਦੇ ਵਿੱਚ ਹੈ ਸੌਰੀ ਇਹ ਗਲਤੀ ਨਾਲ ਗੁਰੂ ਅੰਗਦ ਦੇਵ ਟਾਈਪ ਹੋ ਗਿਆ ਕਰਤਾਰਪੁਰ ਸ਼ਹਿਰ ਜਿਹੜਾ ਗੁਰੂ ਨਾਨਕ ਦੇਵ ਜੀ ਦੁਆਰਾ ਬਸਾਇਆ ਗਿਆ ਸੀ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਪੈਂਦਾ ਜਿਹੜਾ ਭਾਰਤ ਦੇ ਵਿੱਚ ਪੈਂਦਾ ਉਹ ਗੁਰੂ ਅਰਜਨ ਦੇਵ ਜੀ ਦੁਆਰਾ ਅਤੇ ਜਿਹੜਾ ਹਰगोविंदਪੁਰਾ ਉਹ ਗੁਰੂ ਅਰਜਨ ਦੇਵ ਜੀ ਨੇ ਬਸ ਸ਼੍ਰੀ ਗੁਰੂ ਹਰ ਹਰ ਗੋਬਿੰਦ ਜੀ ਦਾ ਜਿਸ ਟਾਈਮ ਜਨਮ ਹੋਇਆ ਸੀ ਤਾਂ ਉਹਨਾਂ ਦੇ ਜਨਮ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇਹ ਸ਼ਹਿਰ ਬਸਾਇਆ ਸੀ ਮਤਲਬ ਕਿ ਆਪਣੇ ਮੁੰਡੇ ਦੀ ਆਪਣੇ ਪੁੱਤਰ ਦੀ ਯਾਦਗਾਰ ਦੇ ਤੌਰ ਤੇ ਜਨਮ ਦੀ ਯਾਦਗਾਰ ਦੇ ਤੌਰ ਤੇ ਤੇ ਅੰਮ੍ਰਿਤਸਰ ਕਿਸ ਨੇ ਬਸਾਇਆ ਜੀ ਗੁਰੂ ਰਾਮਦਾਸ ਜੀ ਨੇ ਇਹਦਾ ਪਹਿਲਾ ਨਾਮ ਕੀ ਸੀ ਰਾਮਦਾਸਪੁਰਾ ਠੀਕ ਹੈ ਦੋਸਤੋ ਇਦੇ ਵਿੱਚ ਸਿਰਫ ਦੋ ਗੁਰੂ ਸਾਹਿਬਾਨ ਤੱਕ ਦਾ ਹੀ ਆਪਾਂ ਕਵਰ ਕਰ ਸਕਿਆ ਕਿਉਂਕਿ ਫਿਰ ਬਹੁਤ ਜ਼ਿਆਦਾ ਪੂਰਾ ਚੈਪਟਰ ਬਹੁਤ ਲੈਂਥੀ ਆ ਇੱਕ ਦੇ ਵਿੱਚ ਹੀ ਕਵਰ ਨਹੀਂ ਕਰ ਸਕਦੇ 10 ਗੁਰੂ ਸਾਹਿਬਾਨ ਤੋਂ ਬਿਨਾ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾਂ ਛੋਟਾ ਕੱਲੂਕਾਰਾ ਵੱਡਾ ਕੱਲੂਕਾਰਾ ਸਭ ਸਾਰਾ ਕੁਝ ਕਾਮਾਗਾਟਾ ਮਾਰੂ ਕਾਂਡ ਜੋ ਹੋਇਆ ਸੀ ਸਿਰਫ ਚੌਥੇ ਚੈਪਟਰ ਦੇ ਵਿੱਚ ਹੀ ਆਉਂਦਾ ਤੇ ਇੱਕੋ ਵੀਡੀਓ ਦੇ ਵਿੱਚ ਇੰਨੇ ਜ਼ਿਆਦਾ ਕੁਐਸਚਨ ਬਣਾ ਕੇ 100 200 ਕੁਐਸਚਨ ਬਣਾ ਕੇ ਨਹੀਂ ਦੇ ਸਕਦੇ ਠੀਕ ਹੈ ਜੀ ਇਸ ਲਈ ਕੋਸ਼ਿਸ਼ ਕਰਾਂਗੇ ਕਿ ਦੋ ਜਾਂ ਤਿੰਨ ਦੋ ਦੇ ਵਿੱਚ ਵੀ ਨਹੀਂ ਕਵਰ ਕਰ ਸਕਦੇ ਤਿੰਨ ਵੀਡੀਓ ਦੇ ਵਿੱਚ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਹੜੇ ਨਵੇਂ ਜੁੜੇ ਬੱਚੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਜੀ